Hello, buddy. Hello, baby. Okay, cake unboxing on the Happy birthday. 1, 2, 3, Happy birthday. ਭਾਅ ਜੀ ਆਪਣੇ ਮੂੰਹ ਆਪਣਾ ਨਾਂ ਦੱਸ ਦਿਓ ਮਲੱਠੀ। ਹਾਂਜੀ ਗਾਈ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਹੋ ਸਾਰੇ? ਟਾਈਮ ਦੁਪਹਿਰਾਂ ਦੇ 3 ਵੱਜ ਗਏ ਨੇ ਅਤੇ ਅੱਜ ਹੈਗੀ ਆ ਜੀ 7 ਜੁਲਾਈ ਅਤੇ ਤੁਹਾਡੇ ਭਰਾ ਦਾ ਹੈਗਾ ਜੀ ਅੱਜ ਬਰਥਡੇ। ਵੈਲਕਮ ਬੈਕ ਟੂ ਜੀ ਚੈਨਲ ਗਾਈ, ਆਈ ਹੋਪ ਤੁਸੀਂ ਸਾਰੇ ਘੈਂਟ। ਸੋ ਅੱਜ ਕਰਾਂਗੇ ਜੀ ਬਰਥਡੇ ਸੈਲੀਬ੍ਰੇਸ਼ਨ। ਸੋ ਸਾਰੇ ਜਾਣੇ ਪਹਿਲਾਂ ਕਮੈਂਟਾਂ 'ਚ ਆਪਣੇ ਭਰਾ ਨੂੰ ਵਿਸ਼ ਜ਼ਰੂਰ ਕਰਿਓ ਹੈਪੀ ਬਰਥਡੇ ਲੈ ਕੇ। ਸੋ ਅੱਜ ਕਰਾਂਗੇ ਜੀ ਆਪਾਂ ਛੋਟੀ ਜਿਹੀ ਪਾਰਟੀ। ਪਹਿਲਾਂ ਜਾਣਾ ਆਪਾਂ ਨੇ ਇੱਥੋਂ ਮੰਡੀ। ਸੋ ਉੱਥੇ ਜਾ ਕੇ ਕੇਕ ਕੱਟਾਂਗੇ ਅਤੇ ਨਾਲ ਆਪਣੇ ਫੁੱਲਾ ਅਤੇ ਪਿੰਡ ਦੇ ਬਾਕੀ ਸਾਰੀ ਜਨਤਾ ਅਤੇ ਉੱਧਰੋਂ ਕਰਨ ਵੀ ਰਹੇ ਹੋਣੀ ਵੀ ਆਉਣ ਡੇ ਆ VIP ਚਾਂਦ ਵੀ। ਸੋ ਫੁੱਲ ਸੈਲੀਬ੍ਰੇਸ਼ਨ ਹੋਊਗੀ। ਸੋ ਸਾਰੇ ਜਾਣੇ ਵਲੋਗ ਨੂੰ ਲਾਸਟ ਤੱਕ ਜ਼ਰੂਰ ਵੇਖਿਓ, ਵਧੀਆ ਲੱਗੇ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਬਾਕੀ ਜਿਹੜੇ ਭਰਾਵਾਂ ਨੇ ਇੰਸਟਾ 'ਤੇ ਵਿਸ਼ ਕੀਤੀਆਂ ਵਾ, ਕਾਫੀ ਭਰਾਵਾਂ ਦੀ ਸਟੋਰੀ ਨਹੀਂ ਲੱਗੀ, ਸੋ ਸੌਰੀ ਸਾਰਿਆਂ ਨੂੰ ਯਾਰ, ਮੇਰੇ ਕੋਲ ਜਿੰਨਾ ਹੋ ਚੁੱਕਿਆ, ਮੇਰੇ ਕੋਲ ਜਿੰਨਾ ਹੋ ਸਕਿਆ ਮੈਂ ਸਾਰਿਆਂ ਦੀ ਸਟੋਰੀ ਲਾਈ। 1500-1600 ਤੋਂ ਵੱਧ ਸਟੋਰੀ ਮੈਨਸ਼ਨ ਹੋ ਗਈ, ਸੇ ਕਰਕੇ ਜਿੰਨੀਆਂ ਕੁ ਸਟੋਰੀਆਂ ਲੱਗੀਆਂ ਉਨੀਆਂ ਕੁ ਆਪਾਂ ਨੇ ਲਾਤੀਆਂ ਵਾ। ਬਸ ਹੁਣ ਫੁੱਲੇ ਦੀ ਵੇਟ ਹੋਣ ਡੀ ਆ, ਹਰ ਵਲੋਗ ਵਾਂਗੂ ਫੁੱਲਾਂ ਆਉਂਦਾ ਵਾ ਫਿਰ ਆਪਾਂ ਨਿਕਲਣਾ ਵਾ। ਬਾਕੀ ਸਾਰੇ ਬੰਦੇ ਤਾਂ ਫਿਲਹਾਲ ਹੀ ਰੈਡੀ ਆ। ਆਹ ਬੰਦੇ ਨੂੰ ਕਹਿੰਦਾ ਫੁੱਲਾਂ ਨਹੀਂ ਖੜਨਾ, ਇਹਨੂੰ ਬੜੀ ਮੁਸ਼ਕਲ, ਮੈਂ ਹੁਣ ਲੱਗਾ ਵਾਂ ਨਾਲ ਖੜਨ ਤਿਆਰ ਕਰਕੇ। ਸੋ ਹੁਣ ਨੀਚੇ ਚੱਲਦੇ ਹਾਂ ਅਤੇ ਬਾਕੀ ਦਾ ਮਾਹੌਲ ਚਾਲ ਤੁਹਾਨੂੰ ਫਿਰ ਦਿਖਾਉਂਦੇ ਹਾਂ। ਸੋ ਅੱਜ ਥੋੜ੍ਹੇ ਜਿਹੇ ਵਾਲ ਉਹੋ ਜਿਹੇ ਲੱਗਣ ਦੇ ਨੇ, ਕਿਉਂਕਿ ਇਸ ਵਾਰੀ ਦੀ ਕਟਿੰਗ ਮੱਠੀ ਕੋਲ ਨਹੀਂ ਹੋਈ, ਮੱਠੀਆਂ ਨੂੰ ਲੱਭਿਆ ਨਹੀਂ, ਫਿਲਹਾਲ ਹੀ ਹੁਣ ਆ ਗਿਆ ਵਾ ਨਾਲ ਜਾਣ ਨੂੰ। ਹਰ ਵਲੋਗ ਵਿੱਚ ਜਿੱਦਾਂ ਲੇਟ ਹੁੰਦੇ ਨੇ, ਅੱਜ ਵੀ ਲੇਟ ਆ, ਹੁਣ ਕਹਿੰਦਾ ਤੁਸੀਂ ਜਾਓ ਤੇ ਮੈਂ ਮੰਗਰੇ ਆ ਜਾਊਂਗਾ। ਸੋ ਸਭ ਤੋਂ ਪਹਿਲਾਂ ਆਪਾਂ ਕੇਕ ਕੱਟਣੇ ਆ ਮੰਡੀ ਵਿੱਚ ਜਾ ਕੇ, ਉਸ ਤੋਂ ਬਾਅਦ ਦਾ ਕੰਮ ਹੈਗਾ ਆਪਣਾ ਘਰੇ ਆ ਕੇ ਸੈਲੀਬ੍ਰੇਸ਼ਨ। ਚਲੋ ਮੈਂ ਪਹਿਲਾਂ ਬਾਹਰ ਬਾਹਰ ਕੰਮ ਨਿਬੇੜ ਆਈਏ, ਫਿਰ ਘਰ ਦਾ ਬਾਅਦ ਵਿੱਚ ਵੇਖਾਂਗੇ। ਹੁਣ ਮੱਠੀ ਵੇ ਉਧਰੇ ਜੂੰ ਦੀ ਚੱਲ ਆਉਣ ਡਿਆ ਜੀ। ਸੋ ਮੈਂ ਘਰੇ ਬਾਅਦ ਵਿੱਚ ਸੈਲੀਬ੍ਰੇਸ਼ਨ ਕਰ ਲਾਂਗੇ। ਸੋ ਭਰਾ ਹੁਣੀ ਕਹਿੰਦੇ ਉੱਥੇ ਕੇਕ ਕੱਟ ਰਹੇ ਹਾਂ ਮੰਡੀ 'ਚ। ਸੋ ਵਲੋਗ ਨੂੰ ਲਾਸਟ ਤੱਕ ਜ਼ਰੂਰ ਵੇਖਿਓ, ਇੱਧਰ ਫੋਟੋ ਸ਼ੂਟ ਚੱਲਣ ਡਿਆ ਪਿਆ ਹੁੰਦਾ ਜੀ। ਭਾਅ ਜੀ ਹੁਣ ਕਹਿੰਦੇ 15 ਲੈਣ ਤਾ 15। ਓਏ ਇੱਥੋਂ ਆ ਤੇਰੇ ਗਾਰਡ ਜਿਹਾ ਹੋਰ ਹਿਸਾਬ ਜੇ ਤਾਂ ਨਹੀਂ ਲੱਗਦਾ ਹੈ ਨਾ, ਐਪਲ ਦੇਖਦਾ ਨਹੀਂ, ਕਵਰ ਪਾ ਲਾ ਇਹਨੂੰ। ਓਕੇ ਰਿਪੋਰਟਾਂ ਚੱਲ ਵੀ ਅੱਜ ਤਾਂ ਕਹਿੰਦੇ ਮੱਠੀ ਦੀ ਡੁਸ਼। ਓਏ ਹੋਏ 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 ਮੱਠੀ ਭਾਅ ਜੀ ਅੱਖਾਂ ਨਹੀਂ ਖੁੱਲਣ ਡੀਆਂ ਅੱਜ। ਚੱਲ ਤੇਰਾ ਫੜਾ ਧਮਕੀ ਮਿਲ ਗਈ ਬਾਬੇ। ਉਹ 5 ਬੰਦੇ ਇੱਧਰ ਹੋ ਗਏ, ਬਾਕੀ ਬੰਦੇ ਆਪਣੇ ਉੱਧਰ ਹੋਣਗੇ ਹੁਣ ਗਾੜੀਓ। ਲਓ ਵੀ ਬਾਬਿਓ ਹੁਣ ਆਉਂਦੇ ਆਉਂਦੇ ਲੱਗ ਗਈ, ਅਤੇ ਇੱਥੇ ਪਾਣੀ ਪੀਣ ਰੁਕੇ ਆ, ਬੰਦੇ ਆਪਣੇ ਮੰਡੀ ਪਹੁੰਚ ਗਏ ਆ ਸਾਰੇ। ਸੋ ਮੰਡੀ ਕੇ ਕੱਟ ਕੇ ਬਾਕੀ ਦਾ ਮਾਹੌਲ ਝਾਲ ਉਹਦੇ ਤੋਂ ਬਾਅਦ ਵਹਿੰਦੇ ਹਾਂ। ਸੋ ਬਸ ਇੱਥੋਂ 2 ਮਿੰਟ ਦਾ ਰਸਤਾ ਰਹਿ ਗਿਆ, ਅੱਧੇ ਬੰਦੇ ਆ ਖਲੋਤੇ ਆ, ਬਸ ਫੁੱਲਾ ਲੇਟ ਆ ਸਾਡੇ 'ਚ, ਬਾਕੀ ਕੰਮ ਓਕੇ ਰਿਪੋਰਟ ਆ ਸਾਰਾ। ਚੱਲ ਵੀ ਮੈਸੀ ਮੱਠੀ ਮੈਸੀ ਬਣਿਆ ਹੀ ਅੱਜ ਭਰਾ।
ਚਲੋ 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 ਬਾਬੇ ਉਹ ਧੱਕੇ ਨਾਲ ਬੰਦੇ ਕੱਢਣੇ ਪੈਣ ਡੇ ਆ ਬਹੁਤ ਮੁਸ਼ਕਿਲ। ਚਲੋ 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 ਉਹ ਉੱਥੇ ਪਹੁੰਚ ਗਏ ਆ। ਚਲੋ ਚੱਲ ਵੀ ਮੱਠੀ ਦੇਖੋ ਹਮਾਰੇ ਬੰਦੇ ਇੱਧਰ ਇਕੱਠੇ ਹੋ ਰਹੇ ਆ ਵੀ ਦੇਖਦੇ ਹਾਂ ਕਿੱਧਰ ਕੱਟੇਂਗੇ। ਉਹ ਮੋਟਰਸਾਈਕਲ ਹੀ ਮੋਟਰਸਾਈਕਲ ਹੋ ਗਏ ਭਾਜੀ, ਮੋਟਰਸਾਈਕਲ ਹੀ ਮੋਟਰਸਾਈਕਲ। ਭਾਜੀ ਮੈਂ ਤੁਹਾਡੇ ਮਗਰੇ ਮਗਰੇ ਆਉਣ ਡਿਆ ਕਦੋਂ ਦਾ, ਖਿਲਾਰ ਦੇ ਕਥਾ ਦੇ ਭਾਜੀ, ਤੁਹਾਡਾ ਖਰਚਾ ਕੁਛ ਕਰਨ ਨੂੰ ਤਿਆਰ ਆ। ਕੀ ਹਾਲ ਆ, ਕਿੱਦਾਂ ਠੀਕ? ਵਧੀਆ ਮੇਰਾ ਭਰਾ ਚੜ੍ਹਦੀ ਕਲਾ ਛੱਡਿਆ ਚਾਂਦ ਭਾਜੀ, ਚਾਂਦ ਭਾਜੀ ਉਹਨਾਂ ਦੀ ਪੂਰੀ ਚਰਚਾ ਹੋਈ ਪਈ ਆ ਭਾਈ, ਕਹਿੰਦੇ ਕਮੈਂਟ ਬੜੇ ਖਤਰਨਾਕ ਆਉਣ ਡੇ ਆ ਭਾਈ। ਮੈਂ ਮਗਰ ਬਹਿ ਸਕਦਾ ਇਹਦੇ? ਨਹੀਂ ਭਾਜੀ ਨਾ ਭਰਾ ਮੈਂ ਨੀ ਬਹਿਣਾ। ਉਹ ਕੀ ਆ ਰਿਹਾ ਉਸਤਾਦ ਜੀ, ਕੀ ਹਾਲ ਜੀ? ਬਹੁਤ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਭਾਜੀ, ਬਹੁਤ ਬਹੁਤ ਤੁਹਾਡਾ ਤੁਹਾਨੂੰ ਰੱਬ ਸੁੱਖ ਭਾਜੀ। ਉੱਤੇ ਨਾ ਉਹ ਫਿਰ ਮੂੰਹ ਜ਼ਿਆਦਾ ਵੱਡਾ ਹੁੰਦਾ ਵਾ। ਉਹ ਦਿਨ ਥੋੜ੍ਹੇ ਦਿਨ ਹੋਏ, ਪਰਸੋਂ ਹੀ ਆਪਣਾ ਜਨਮ ਦਿਨ ਭਰਾ ਦਾ ਜਨਮ ਦਿਨ ਮਨਾਇਆ। ਮੈਂ ਘਰੋਂ ਵਲੋਗ ਸਟਾਰਟ ਕਰਕੇ ਆਇਆ ਬਟ ਅੱਗੇ ਕੰਮ ਬਹੁਤ ਖਰਾਬ ਸੀ, ਇਹ ਕਰਕੇ ਵਲੋਗ ਬੰਦ ਕਰਤਾ। ਅਸੀਂ ਵੀਡੀਓ ਬਣਾਉਣ ਵਾਲਾ ਸੀਨ ਨਹੀਂ ਹੈਗਾ ਹਨਾ। ਓ ਯੈਸ, ਓ ਯੈਸ, ਲਓ ਬਾਬੇ ਉਹ ਕੇਕ ਅਨਬੋਕਸਿੰਗ ਆਉਣ ਦੋ ਵਾਰ ਵਾਲੀ। ਇਹ ਲੱਗਣਾ ਏ ਐਫ ਐਚ ਐਸ ਆਰ, ਛੱਡੀ ਚੱਲ ਆ ਇੱਧਰ ਓਏ, ਰੱਖ ਏ ਐਫ ਐਚ ਐਸ ਤੇ ਆਰ ਆ ਚਾਰ ਪੰਜ ਨਹੀਂ, ਇੱਕ ਇੱਕ ਲੈ ਲਿਓ, ਇੱਕ ਕੱਟ ਲਿਓ। ਚੱਲ ਐਫ ਐਚ ਐਸ ਆਰ, ਆ ਜ਼ਿਆਦਾ ਦੂਰ ਹੋ ਗਿਆ ਇਹ, ਲਾਗੇ ਕਰ ਦੇ। ਆਉਂਦੇ ਹੋਰ ਹੋਰ ਆਉਂਦੇ ਯਾਰ, ਹੁਣ ਕੈਮਰੇ ਨੀ ਸੈੱਟ ਹੋਣ ਦੇਣਾ ਇੱਧਰ, ਇੰਨੀ ਦੂਰ ਦਿਖਣ ਡਿਆ ਮੈਂ। 1 2 3 ਚਲੋ ਕੱਟ ਕਰ ਦੇ ਚਲੇ। ਹੈਪੀ ਬਰਥਡੇ ਉਹ ਮਰਜ਼ੀ ਤੁਹਾਡੀ, ਉਹ ਤੁਹਾਡੀ ਇੱਛਾ। ਉਹ ਬਸ ਬਸ ਅਸੀਂ ਨੀ ਖਾਣਾ। ਕੀ ਭਾਈ ਤੁਹਾਡਾ ਨਾਂ ਪਹਿਲਾਂ? ਨਹੀਂ ਕੋਈ ਖਤਰਨਾਕ ਮੱਠੀ ਮੱਠੀ ਭਾਜੀ ਆ ਭਾਜੀ, ਆਪਣੇ ਮੂੰਹ ਆਪਣਾ ਨਾਂ ਦੱਸ ਦਿਓ। ਮਲੱਠੀ ਤੇ ਮੱਠੀ ਮੱਠੀ ਉਧਰ ਵੀਰ ਹੋਣੀ ਵੈਰੀ ਸੀਰੀਅਸ ਕੇਕ ਖਾਣ ਡੇ ਆ, ਤੇ ਉਹਨਾਂ ਦਾ ਬਹੁਤ ਜ਼ਿਆਦਾ ਚਾਹ ਵਾਣ ਨਾਲ ਕੇਕ ਖਾਂਦਾ ਵਾ, ਆਹ ਵੀਰ ਵੀਡੀਓ ਬਣਾਉਣ ਡੇ ਆ। ਅਫਸਰ ਭਾਜੀ ਕੀ ਬਾਤ ਹੈ, ਆਈ ਵਾਣਾ।
ਉਹਨੂੰ ਵੀ ਖਵਾ ਲਓ ਬਾਬੇ। ਉਹ ਕੇਕ ਕਟਿੰਗ ਹੋ ਗਈ ਆ ਜੀ ਡਨ। ਬਾਕੀ ਤਾਂ ਕੇਕ ਇੱਥੇ ਨਿਆਣਿਆਂ ਨੂੰ ਵੰਡਦੇ, ਛੋਟੇ ਛੋਟਿਆਂ ਨੂੰ ਇੱਕ ਕੇਕ ਰੱਖ ਗਿਆ ਸੀ। ਸੋ ਮੱਠੀ ਹੋਣੀ ਖਾਣ ਡਿਆ, ਤੂੜੀ ਐਂਡ ਕਰਾਉਣ ਡੇ, ਫੁੱਲਾ ਭਾ ਹੋ ਗਿਆ ਥੋੜ੍ਹਾ ਜਿਹਾ ਲੇਟ। ਫੁੱਲੇ ਇੱਕ ਵਾਰੀ ਮੂੰਹ ਮਾਰ, ਇੱਕ ਵਾਰੀ ਮੂੰਹ ਮਾਰਾ। ਹਾਏ ਹੋਏ, ਹੁਣ ਚੇਤਾ ਆਇਆ, ਅੱਧੇ ਦਿਨ ਨਾ ਆ ਗਏ। 3500 ਫੋਨ ਲਾਇਆ ਇਹਨੂੰ ਤੇ ਇਹਨੇ ਇੱਕ ਫੋਨ ਵੀ ਚੁੱਕਿਆ। ਘਰਦਿਆਂ ਦੇ ਕੰਮ ਜ਼ਰੂਰੀ ਆ ਨਾ, ਤੈਨੂੰ ਪਤਾ। ਹੁਣ ਮੁੰਡਿਆਂ ਦੀ ਸੇਵਾ ਪਾਣੀ ਕਰੀਏ ਤੇ ਇਹਨਾਂ ਨੂੰ ਖੜੀਏ ਇੱਥੋਂ। ਭਾਈ ਇੱਥੋਂ ਛਿੱਟੇ ਬਹੁਤ ਪੈਂਦੇ ਜੀ, ਉਹ ਤੇ ਧਿਆਨ ਨਾਲ। ਚੰਗਾ ਚਲੋ ਜੀ, ਬਸ ਨਿਕਾਹ ਆ ਕੰਮ ਹੀ ਕੇਕ ਕਟਿੰਗ ਦਾ, ਹੁਣ ਨਿਕਲੀਏ। ਆਜੋ ਆਜੋ ਆਜੋ। ਕੋਈ ਨਹੀਂ ਆਣਾ ਦੇ ਭਾਜੀ, ਇੱਥੇ ਬਹਾਲੋ ਮੈਨੂੰ ਥੋੜੀ, ਮੇਰੇ ਲੱਤਾਂ ਲੁੱਤਾਂ ਘੁੱਟੋ ਦੋ ਮਿੰਟ। ਉਸਤਾਦ ਜੀ ਆ ਮੇਰੇ ਬੰਦੇ ਨੂੰ ਲਵਾਓ ਘੁੱਟਕ, ਕਹਿੰਦਾ ਚਾਂਦ ਭਾਜੀ ਨੂੰ ਫੋਟੋ ਖਿਚਾਉਣੀ ਆ। ਲਵਾ ਇਹਨੇ ਇੱਕ ਘੁੱਟਕ ਲਓ ਆ ਦੇਸੀ। ਮਾਮਾ ਸੋਨੀ ਹੋ ਗਿਆ, ਤੂੰ ਡਰਨ ਕਿਹੜਿਆ, ਗੱਲ ਕਰ ਖੁੱਲ ਕੇ। ਉਹ ਹੀ ਪੀ ਗਿਆ ਦੇਸੀ। ਲਾਉਣਾ ਘੁੱਟਕ, ਲਾਉਣੀ ਲਾਉਣੀ ਲਓ ਬਾਬੇ। ਹੁਣ ਕੰਮ ਥੋੜਾ ਜਿਹਾ ਗਲਤ ਹੋਣ ਲੱਗਾ ਵਾ। ਆਹ ਥੋੜੇ ਕੁ ਬੰਦੇ ਵੈਸ਼ਨੂ ਆ ਮੇਰੇ ਨਾਲ, ਆਹ ਦੋ ਹੋ ਗਏ ਆ, ਤੇ ਉਹ ਤੋਂ ਗਾੜੀ ਉਹ ਚਿੱਟੀ ਵਾਲੇ ਤੋਂ ਗਾੜੀ, ਸਾਰੇ ਬੰਦੇ ਖਤਰਨਾਕ ਆ। ਆਉਂਦ ਭਾਈ ਹੌਲੀ 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 ਹੌਲੀ। ਆਹ ਵੇਖੋ ਭਾਈ ਸਿਰੇ ਦੇ ਅਮਲੀ ਬੰਦੇ, ਆਹ ਵੇਖੋ ਵੇਖਣ ਨੂੰ ਤੇ ਪੀਜ਼ਾ ਲੱਗਣ ਡਿਆ ਮੈਨੂੰ, ਖਾ ਕੇ ਦੇਣਾ। ਕਹਿੰਦੇ ਮੇਰੇ ਵੀਡੀਓ ਕੰਮ ਪਾਪੜੋ ਪਾਪੜੀ ਹੋ ਗਿਆ ਏ। ਫੁੱਲੇ ਦੀ ਮੰਮੀ ਆਹ ਵੇਖ ਲਾ ਕੀ ਕਰਨ ਡਿਆ ਯਾਰ, ਫੁੱਲੇ ਦੀ ਮੰਮੀ ਧਿਆਨ ਨਾਲ ਵੇ। ਹਾਂਜੀ ਭਾਜੀ, ਭਾਜੀ ਤੁਹਾਡੀ ਗੱਲਾਂ ਤੋਂ ਤੇ ਲੱਗਣ ਨਹੀਂ ਡਿਆ ਕੋਕ ਵਾਲੇ। ਲਓ ਪਿਆਰੇ, ਇੱਧਰ ਫੁੱਲ ਚਿੱਲ ਫਨ ਚੱਲਣ ਡਿਆ ਵਾ। ਮੱਠੀ ਆਡਾ ਦਾਰੂ ਨਹੀਂ ਪੀਂਦਾ, ਕਿਉਂਕਿ ਇਹਨਾਂ ਘਰ ਜਗ੍ਹਾ ਆ, ਇਹ ਸੁੱਕਾ ਮਾਲ ਖਾਂਦਾ। ਭਾਜੀ ਨੰਨੇ ਭਾ ਹੁਣ ਆ ਲਓ, ਫੁੱਲ ਸਰਵਿਸ ਚੱਲ ਰਹੀ ਆ ਪੂਰੀ, ਐਂਡ ਬਾਤ ਗੱਲਬਾਤ ਕਰਾਉਣ ਡੇ ਨੇ ਭਾਜੀ ਨੇ, ਅੱਜ ਪੂਰੀ ਸੇਵਾ ਕਰਨ ਡੇ ਨੇ। ਥੈਂਕ ਯੂ ਸੋ ਮਚ ਬਰੋ, ਯੂ ਆਰ ਵੈਰੀ ਬ੍ਰਿਲੀਅੰਟ। ਲੋਕ ਰਿਪੋਰਟਾਂ ਆਈਆਂ ਪਈਆਂ ਨੇ, ਕੰਮ ਬੰਦੇ ਸਾਰੇ ਗੁੰਮ ਹੋ ਗਏ ਨੇ, ਸਿਰਫ ਮੈਨੂੰ ਛੱਡ ਗਏ। ਮੈਂ ਤੁਹਾਨੂੰ ਪਤਾ ਬੰਦਾ ਵੈਸ਼ਨੂ ਆ, ਇਹ ਬਾਕੀ ਬੰਦੇ ਸਾਰੇ ਇੱਥੇ ਖਤਰਨਾਕ ਬੈਠੇ ਹੋਏ ਨੇ। ਆਹ ਵੇ ਇਹਦਾ ਮੂੰਹ ਵੇਖੋ, ਆਹ ਇੱਕ ਆਹ ਵੇਖੋ ਨਵੀਂ ਵਰਾਇਟੀ, ਦੋ ਜਾਣੇ ਉਹ ਆ, ਉਹਨੂੰ ਕੋਈ ਸੁੱਜਣ ਨਹੀਂ ਡਿਆ ਇੱਕ ਨੂੰ, ਅਤੇ ਹੱਸੀ ਜਾਣ ਡਿਆ। ਮੈਨੂੰ ਛੱਡ ਕੇ ਇੱਥੇ ਨਾ ਸਾਰੇ ਹੀ ਬੰਦੇ, ਬਸ ਉਹ ਆ। ਚਲੋ ਭਾਜੀ, ਆਹ ਬੰਦਾ ਸ਼ੇਡ ਪਾ ਗਿਆ, ਆਪ ਚੁੱਪ ਹੋ ਗਿਆ ਵੇਲਾ। ਇੱਕ ਵਾਰੀ ਫੇਰ ਓਏ ਚਲੋ, ਓਏ ਮੈਨੂੰ ਖਾਣਾ ਖਾਣ ਦਿਓ, ਓਏ ਇੱਕ ਮਿੰਟ ਲਈ, ਓਏ ਸਾਰੇ ਜਾਣੇ ਸ਼ਾਂਤ ਹੋ ਜਾਓ, ਸ਼ਾਂਤੀ। ਚਲੋ ਭਾਜੀ ਚਲੋ, ਇੱਕ ਵਾਰੀ ਫੇਰ, ਇੱਕ ਵਾਰੀ ਫੇਰ।
ਲਓ ਵੀ ਬਾਬਿਓ, ਖਾਣਾ ਪੀਣਾ ਹੋ ਗਿਆ ਆਪਣਾ ਡਨ। ਹੁਣ ਬੰਦਿਆਂ ਦੀ ਤਿਆਰੀ ਆ, ਅੱਧੇ ਕੁ ਬੰਦੇ ਨਿਕਲ ਗਏ ਆ, ਅੱਧੇ ਕੁ ਰਹਿ ਗਏ ਆ ਝੌੜ ਜੇ। ਇਹ ਫੁੱਲੇ ਭਾਜੀ ਕੀ ਹਾਲ ਜੇ? ਓਕੇ ਰਿਪੋਰਟਾਂ ਸਾਹਿਬ ਜੀ, ਚਲੋ ਬਾਲ ਇਹਨੂੰ ਧੋਤੀ ਨੂੰ। ਮੇਰਾ ਬੰਦਾ ਮੇਨ ਆ ਹੀਰੋ। ਬਾਕੀ ਬੰਦੇ ਸਾਰੇ ਗੈਪ ਹੋ ਗਿਆ, ਅੱਧੀ ਟੀਮ ਮਗਰ ਆਉਣ ਡੀ ਆ। ਲਓ ਵੀ ਬਾਬਿਓ ਪਹੁੰਚ ਗਏ ਟਿਕਾਣੇ ਤੇ, ਇੱਥੇ ਰੁਕੋ ਤੁਸੀਂ, ਹੁਣ ਅੰਦਰੋਂ ਕੇਕ ਲਈਏ ਤੇ ਫਿਰ ਨਿਕਲੀਏ। ਉਹੀ ਲੈਣਾ ਤੇਰੇ ਵਾਲਾ ਜੀ, ਆ ਜਾ। ਲਓ ਵੀਰੇ ਹੁਣ ਘਰ ਲਈ ਕੇਕ ਡਏ ਆ ਬਣਾਉਣ, ਬਾਕੀ ਕੰਮ ਤੇ ਡਨ ਹੋ ਗਿਆ, ਬਸ ਘਰਦਿਆਂ ਲਈ ਕੇਕ ਰਹਿ ਗਿਆ। ਹੁਣ ਵੀਰ ਕੋਲ ਲੱਗੇ ਆ ਰੈਡੀ ਕਰਾਉਣ, ਵੀਰਾਂ ਦਾ 2 ਮਿੰਟ ਲੱਗਣਗੇ ਬਸ। ਨੰਨੇ ਕਿਹੜਾ ਕੇਕ ਆ ਇਹ? ਫਰੂਟ ਕੇਕ ਆ। ਫਰੂਟ ਕੇਕ ਭਾਜੀ, ਠੀਕ ਹੈ ਉਸਤਾਦ ਜੀ। ਲਓ ਮਿੱਤਰੋ ਕੇਕ ਹੋ ਗਿਆ ਰੈਡੀ, ਸੋ ਫੁੱਲ ਓਕੇ ਰਿਪੋਰਟਾਂ ਬਣ ਗਈਆਂ ਨੇ। ਠੀਕ ਹੈ ਭਾਜੀ, ਥੈਂਕ ਯੂ ਸੋ ਮੱਚ। ਓਕੇ ਚਲੋ ਕਰੋ ਬੈਗ ਮੰਡਿਓ। ਲਓ ਬਾਬਿਓ ਕੇਕ ਕਰਾ ਲਿਆ ਰੈਡੀ, ਵੀਰ ਹੋਣਾ ਦਾ ਹੋਲਸੇਲ ਦਾ ਕੰਮ ਆ, ਤਾਂ ਤੁਸੀਂ ਪਹੁੰਚ ਸਕਦੇ ਆ। ਹਾਂ ਸੋਹਣ ਬੱਸ ਨਾ, ਵੀਰ ਕਹਿੰਦਾ ਇਹਨੂੰ ਮਿੰਟੋ ਮਿੰਟ ਲੈ ਜਾਓ, ਪਿਘਲ ਸਕਦਾ। ਸੋਹਣ ਮਿੰਟੋ ਮਿੰਟ ਗੱਡੀ ਖਿੱਚੀਏ ਅਤੇ ਪਿੰਡ ਨੂੰ ਪਹੁੰਚੀਏ, ਆਪੋ ਆਪਣੇ ਮੋਟਰਸਾਈਕਲ 'ਤੇ ਹੋ ਜਾਓ, ਹੁਣ ਗੱਡੀ ਖਿੱਚਣੀ ਹੈ ਭਾਜੀ। ਚੱਲ ਉਸਤਾਦ ਜੀ, ਠੀਕ ਹੈ, ਲਵ ਯੂ ਸੋ ਮੱਚ, ਐਤਵਾਰ ਮਿਲਦੇ ਹਾਂ ਫਿਰ। ਓਕੇ ਭਾਜੀ, ਓਕੇ ਉਸਤਾਦ ਜੀ, ਓਕੇ ਉਸਤਾਦ ਜੀ, ਪਿੰਡ ਨੂੰ ਜਾਂਦੇ ਹਾਂ। ਓਕੇ ਭਾਜੀ, ਚੰਗਾ ਉਸਤਾਦ ਜੀ, ਓਕੇ ਭਾਜੀ, ਮੈਂ ਤੁਹਾਡੇ ਨਾਲ ਜਾਣਾ ਕੋਈ। ਚਲੋ ਚਲੋ ਉਸਤਾਦ ਜੀ, ਲਓ ਬਾਬੇ ਹੁਣ ਸਿੱਧਾ ਪਿੰਡ ਜਾ ਕੇ ਮਿਲਦੇ ਹਾਂ, ਬਸ ਕੇਕ ਪਹੁੰਚਾਉਣਾ ਵਾ। ਲਓ ਵੀ ਮਿੱਤਰੋ, ਬਰਥਡੇ ਸੈਲੀਬ੍ਰੇਸ਼ਨ ਕਰਕੇ ਯਾਰ ਹੁਣੀ ਪਹੁੰਚ ਗਏ ਘਰ, ਅਤੇ ਘਰ ਆ ਕੇ ਫੈਮਿਲੀ ਨਾਲ ਕੇਕ ਕੱਟਿਆ। ਫਿਲਹਾਲ ਹੀ ਮੈਂ ਉਹਦੀ ਵੀਡੀਓ ਨਹੀਂ ਰਿਕਾਰਡ ਕਰ ਸਕਿਆ, ਕਿਉਂਕਿ ਫੈਮਿਲੀ ਨਾਲ ਕਦੀ ਵਲੋਗ ਨਹੀਂ ਬਣਾਇਆ, ਅਤੇ ਫੈਮਿਲੀ ਵੀ ਵਲੋਗ ਦੇ ਵਿੱਚ ਮੰਨ ਲਓ ਵੀਡੀਓ ਦੇ ਵਿੱਚ ਥੋੜ੍ਹਾ ਆਉਣ ਤੋਂ ਸੰਗਦੀ ਆ, ਬਾਪੂ ਵੀ ਥੋੜ੍ਹਾ ਅਤੇ ਮਾਤਾ ਵੀ। ਸੋ ਜਿੰਨਾ ਕੁ ਵਲੋਗ ਆਪਣੇ ਕੋਲ ਬਣ ਸਕਿਆ ਸੋ ਤੁਹਾਡੇ ਸਾਹਮਣੇ ਪੇਸ਼ ਕਰਤਾ। ਬਾਕੀ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਇੰਨੀ ਜ਼ਿਆਦਾ ਵਧਾਈਆਂ ਦਿੱਤੀਆਂ, ਮੰਨ ਲਓ ਕੰਗਰੈਜੂਲੇਸ਼ਨ ਕੀਤਾ, ਅਤੇ ਸਟੋਰੀਆਂ ਮੈਨਸ਼ਨ ਕੀਤੀਆਂ। ਸੋ ਜ਼ਿਆਦਾ ਸਟੋਰੀਆਂ ਮੇਰੇ ਕੋਲ ਇੰਸਟਾਗ੍ਰਾਮ 'ਤੇ ਨਹੀਂ ਮੈਨਸ਼ਨ ਹੋਈਆਂ, ਸੋ ਆਪਣੇ ਵੱਲੋਂ ਮੈਂ ਪੂਰੀ ਕੋਸ਼ਿਸ਼ ਕੀਤੀ ਵੀ ਜਿੰਨੀਆਂ ਸਟੋਰੀਆਂ ਵੱਧ ਤੋਂ ਵੱਧ ਪੈ ਸਕਣ ਮੈਂ ਪਾ ਦਾਂ।
ਸੋ ਸਾਰਿਆਂ ਦਾ ਦਿਲੋਂ ਧੰਨਵਾਦ ਜਿਹਨਾਂ ਇੰਨਾ ਪਿਆਰ ਦਿੱਤਾ ਵਾ, ਅਤੇ ਬਾਕੀ ਸਾਰਿਆਂ ਨੇ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਕਮੈਂਟ ਦੇ ਵਿੱਚ ਆਪਣੇ ਭਰਾ ਨੂੰ ਬਰਥਡੇ ਵਿਸ਼ ਜ਼ਰੂਰ ਕਰਿਓ, ਅਤੇ ਮਿਲਦੇ ਹਾਂ ਤਾਂ ਨੈਕਸਟ ਵੀਡੀਓ ਦੇ ਨਾਲ। ਟਿਲ ਦੈਨ ਟੇਕ ਕੇਅਰ, ਰੱਬ ਰੱਖਾ ਜੀ।